ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਧਾਰੀਵਾਲ ਨੇੜੇ ਇੱਕ ਨਿੱਜੀ ਕੰਪਨੀ ਦੀ ਬੱਸ ਨੂੰ ਬਚਾਉਂਦਿਆਂ ਹੋਇਆ ਪੰਜਾਬ ਰੋਡਵੇਜ਼ ਦੀ ਬੱਸ ਦਰਖਤ ਦੇ ਨਾਲ ਜਾ ਟਕਰਾਈ। ਹਾਲਾਂਕਿ ਇੱਥੇ ਡਰਾਈਵਰ ਦੀ ਸੂਝਬੂਝ ਦੇ ਨਾਲ ਇਹ ਹਾਦਸਾ ਹੋਣ ਤੋਂ ਬਚ ਗਿਆ, ਮੌਕੇ 'ਤੇ ਸਵਾਰੀਆਂ ਨੂੰ ਬਚਾ ਲਿਆ ਗਿਆ, ਪਰ ਇੱਥੇ ਪੰਜਾਬ ਰੋਡਵੇਜ਼ ਦੀ ਬੱਸ ਨੂੰ ਵੱਡਾ ਨੁਕਸਾਨ ਪਹੁੰਚਿਆ। ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ, ਲਗਾਤਾਰ ਤੁਹਾਡੀ ਸਕਰੀਨ 'ਤੇ ਇਸ ਹਾਦਸੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ, ਪਰ ਇਸ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਡਰਾਈਵਰ ਨੇ ਆਪਣਾ ਦਿਮਾਗ ਲਾਇਆ ਅਤੇ ਸਵਾਰੀਆਂ ਨੂੰ ਬਚਾ ਲਿਆ ਗਿਆ। ਮੌਕੇ 'ਤੇ ਪ੍ਰਸ਼ਾਸਨ ਵੀ ਪਹੁੰਚਿਆ। ਹਾਲਾਂਕਿ 2-3 ਸਵਾਰੀਆਂ ਨੂੰ ਜੋ ਮਾਮੂਲੀ ਸੱਟਾਂ ਲੱਗੀਆਂ ਸੀ ਉਹਨਾਂ ਨੂੰ ਵੀ ਫਸਟ ਏਡ ਦੇ ਦਿੱਤਾ ਗਿਆ। ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਗੁਰਦਾਸਪੁਰ ਦੀਆਂ, ਜਿੱਥੇ ਇਹ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਇਸ ਪੂਰੇ ਹਾਦਸੇ ਤੇ ਵਧੇਰੇ ਜਾਣਕਾਰੀ ਦੇਣ ਦੇ ਲਈ ਮੇਰੇ ਨਾਲ PTC ਨਿਊਜ਼ ਦੇ ਸਹਿਯੋਗੀ ਗੁਰਦਾਸਪੁਰ ਤੋਂ ਜੁੜ ਚੁੱਕੇ ਨੇ ਰਵੀ ਬਖਸ਼ ਸਿੰਘ। ਜੀ ਰਵੀ, ਕੀ ਕੁਝ ਜਾਣਕਾਰੀ ਇਸ ਪੂਰੇ ਹਾਦਸੇ ਨੂੰ ਲੈ ਕੇ? ਦੇਖੋ ਬਿਲਕੁਲ ਜੰਨਤ, ਮੈਂ ਦੱਸਣਾ ਚਾਹਾਂਗਾ ਕਿ ਇਹ ਹਾਦਸਾ ਜਿਹੜਾ ਵਾਪਰਿਆ ਹੈ 2 ਬੱਸਾਂ ਦਾ ਸੀ। ਇੱਕ ਰੋਡਵੇਜ਼ ਦੀ ਜਿਹੜੀ ਬੱਸ ਨਿਕਲ ਰਹੀ ਸੀ ਔਰ ਉਸ ਨੂੰ ਜਦੋਂ ਦੇਖਿਆ ਕਿ ਅਗਲੇ ਪਾਸੇ ਪ੍ਰਾਈਵੇਟ ਬੱਸ ਆ ਰਹੀ ਹੈ ਤਾਂ ਉਸ ਨੂੰ ਬਚਾਉਂਦੇ ਬਚਾਉਂਦੇ ਜਿਹੜੇ ਹੈ ਤਾਂ ਸੰਤੁਲਨ ਵਿਗੜਿਆ ਹੈ ਔਰ ਜਿਹੜੀ ਜਾ ਕੇ ਸਾਈਡ ਦੇ ਉੱਤੇ ਟਕਰਾਈ ਹੈ। ਔਰ ਗਨੀਮਤ ਇਹ ਰਹੀ ਹੈ ਕਿ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਵਾਲੀ ਨੁਕਸਾਨ ਨਹੀਂ ਹੋਇਆ। ਥੋੜਾ ਜਿਹਾ ਸੱਟਾਂ ਜ਼ਰੂਰ 1-2 ਸਵਾਰੀਆਂ ਨੂੰ ਲੱਗੀਆਂ ਸਨ, ਪਰ ਉਹ ਮਾਮੂਲੀ ਸੱਟਾਂ ਸਨ ਜਿਨ੍ਹਾਂ ਨੂੰ ਕਿ ਬਾਅਦ ਵਿੱਚ ਇਲਾਜ ਦੇ ਦੌਰਾਨ ਫਸਟ ਏਡ ਦੇ ਕੇ ਘਰਾਂ ਨੂੰ ਭੇਜ ਦਿੱਤਾ ਹੈ। ਸਭ ਤੋਂ ਵੱਡੀ ਗੱਲ ਇਹ ਰਹੀ ਹੈ ਕਿ ਉਸ ਵੇਲੇ ਮੌਕੇ ਦੇ ਉੱਤੇ ਹੋਰ ਵੀ ਕੋਈ ਵਹੀਕਲ ਜਾਂ ਕੋਈ ਅਜਿਹੀ ਚੀਜ਼ ਨਹੀਂ ਸੀ ਕਿ ਜਿਸ ਦੇ ਨਾਲ ਇਹ ਕੋਈ ਬੱਸ ਟਕਰਾਉਂਦੀ ਤਾਂ ਜਾਂ ਕੋਈ ਹੋਰ ਵੱਡਾ ਹਾਦਸਾ ਹੋ ਜਾਂਦਾ। ਪਰ ਫਿਰ ਵੀ ਕਿਤਨਾ ਕਿਤੇ ਜਾਂਚ ਕੀਤੀ ਜਾ ਰਹੀ ਕਿ ਕਾਰਨ ਬਣਿਆ ਕਿ ਉਹ ਜਿਹੜਾ ਇੱਕਦਮ ਅਜਿਹਾ ਹਾਦਸਾ ਹੋਇਆ ਹੈ ਕਿ ਬੱਸ ਦਾ ਸੰਤੁਲਨ ਵਿਗੜਿਆ ਜਾਂ ਦੂਸਰੀ ਬੱਸ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਜਿਹੜੀ ਵਾਕਈ ਉਹ ਗੱਲ ਸੀ। ਇਸ ਮੌਕੇ ਤੇ ਫਿਰ SHO ਧਾਰੀਵਾਲ ਮੈਡਮ ਬਲਜੀਤ ਕੌਰ ਵੀ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਪੂਰੀ ਜਾਂਚ ਕੀਤੀ ਜਾਵੇਗੀ ਕਿਉਂ ਜਿਹੜਾ ਇਹ ਹਾਦਸਾ ਵਾਪਰਿਆ, ਪਰ ਫਿਲਹਾਲ ਉਹਨਾਂ ਨੇ ਦੱਸ ਦਿੱਤਾ ਹੈ ਕਿ ਕੋਈ ਅਜਿਹਾ ਵੱਡਾ ਨੁਕਸਾਨ ਨਹੀਂ ਹੋਇਆ ਔਰ ਜਿਹੜੀਆਂ ਵੀ ਕੋਈ ਇੰਜਰਡ ਸਵਾਰੀਆਂ ਸਨ ਉਹਨਾਂ ਦਾ ਮੁੱਢਲਾ ਇਲਾਜ ਕਰਕੇ ਉਹਨਾਂ ਨੂੰ ਜੋ ਹੈ ਆਪਣੇ ਘਰਾਂ ਨੂੰ ਭੇਜ ਦਿੱਤਾ ਹੈ। ਰਵੀ ਜੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਇੱਥੇ ਡਰਾਈਵਰ ਦੀ ਸੂਝਬੂਝ ਦੇ ਨਾਲ ਇਹ ਵੱਡਾ ਹਾਦਸਾ ਹੋਣ ਤੋਂ ਟਲਿਆ? ਦੇਖੋ ਬਿਲਕੁਲ ਜਿਸ ਤਰ੍ਹਾਂ ਦੀ ਹੁਣ ਤੱਕ ਦੇ ਹਾਲਾਤ ਨਿਕਲ ਕੇ ਸਾਹਮਣੇ ਆਉਂਦੇ ਸਨ, ਜਿਵੇਂ ਮੌਕੇ ਦੀ ਜੇਕਰ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਜ਼ਰੂਰ ਇਹ ਗੱਲ ਸਾਹਮਣੇ ਆਈ ਹੈ ਕਿ ਜਿਵੇਂ ਡਰਾਈਵਰ ਜੇਕਰ ਬੱਸਾਂ ਆਪਸ ਵਿੱਚ ਟਕਰਾ ਜਾਂਦੀਆਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਜੇਕਰ ਉਹ ਇਹ ਕਿਤੇ ਨਾ ਕਿਤੇ ਲੱਗਦਾ ਹੈ ਕਿ ਜੇਕਰ ਅਜਿਹੀ ਕੋਈ ਹਾਲਾਤ ਬਣੇ ਤਾਂ ਡਰਾਈਵਰ ਨੇ ਆਪਣੀ ਸੂਝਬੂਝ ਜ਼ਰੂਰ ਕਿਤੇ ਦਿਖਾਈ ਹੈ ਕਿ ਤਾਂ ਕਿ ਉਹ ਇੱਕ ਸਾਈਡ ਨੂੰ ਕਰਕੇ ਬਸ ਆਪਸ ਵਿੱਚ ਬੱਸਾਂ ਟਕਰਾਉਣ ਤੋਂ ਜਿਹੜਾ ਉਸਨੇ ਬਚਾ ਲਿਆ ਤਾਂ ਜੋ ਕਿ ਵੱਡਾ ਹਾਦਸਾ ਨਹੀਂ ਵਾਪਰਿਆ। ਜੀ ਜੀ ਜੀ
ਚਲੋ ਬਚਾਓ ਗਿਆ ਪਰਮਾਤਮਾ ਕਰਕੇ ਆਪਣੀ ਵਾਪਸੀ ਕਰਦੇ ਘਰਦਿਆਂ ਨੇ ਦੀ ਕਹਿੰਦੇ ਉਹ ਨੇ